ਸਤਿਕਾਲ ਜੀ, ਸਵਾਗਤ ਹੈ ਚੈਨਲ 'ਤੇ। ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਦੋਸਤੋ ਆਪਾਂ ਜੋਬਸ ਦੀਆਂ ਅਤੇ ਇਗਜ਼ਾਮ ਦੇ ਰਿਗਾਰਡਿੰਗ ਲੇਟੈਸਟ ਅਪਡੇਟ ਦਿੰਦੇ ਹੀ ਰਹਿੰਦੇ ਹਾਂ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਜਿਹਦੇ 'ਚ ਹੈਗਾ ਜਿਹੜੀ ਰਿਕਰੂਟਮੈਂਟ ਹੈਗੀ ਸੀਗੀ 15 ਪੋਸਟ ਆਫ ਪ੍ਰਿੰਸੀਪਲ ਗਰੁੱਪ ਏ ਦੀਆਂ ਦਾ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਗਵਰਨਮੈਂਟ ਆਫ ਪੰਜਾਬ। ਇਹਦੇ ਰਿਗਾਰਡਿੰਗ ਇੱਕ ਨਵਾਂ ਮਤਲਬ ਕਿ ਉਹਨਾਂ ਨੋਟਿਸ ਦਿੱਤਾ, ਉਹ ਨੋਟਿਸ ਹੈਗਾ ਆਹ ਦੇਖੋ ਜੀ, ਪਬਲਿਕ ਨੋਟਿਸ ਫੋਰ ਰਿਗਾਰਡਿੰਗ ਸਬਮਿਸ਼ਨ ਆਫ ਡਾਕੂਮੈਂਟਸ ਅਪਡੇਟ 30/3/2022। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਵਿੱਚ ਕੀ ਲਿਖਿਆ ਇਹਨਾਂ ਨੇ। ਹਾਂਜੀ, ਤਾਂ ਇਹਦੇ ਵਿੱਚ ਆਹ ਦੋ ਰੋਲ ਨੰਬਰ ਨੇ। ਹਾਂਜੀ, ਇਹਨਾਂ ਨੇ ਕੀ ਕਰਨਾ ਹੁਣ, ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣੀ ਹੈ 8/4/2022 ਨੂੰ PPSC ਦੇ ਓਫੀਸ਼ੀਅਲ ਹੈੱਡਕੁਆਟਰਸ 'ਚ ਜਾ ਕੇ, ਠੀਕ ਹੈ ਜੀ। ਇੱਥੇ ਇਹਨਾਂ ਨੇ ਨਾਲ ਡਾਕੂਮੈਂਟਸ ਦੱਸੇ ਨੇ ਕਿਹੜੇ ਕਿਹੜੇ ਲੈ ਕੇ ਜਾਣੇ ਨੇ, ਆਹ ਆਹ ਸਾਰੇ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ, ਠੀਕ ਹੈ ਜੀ। ਸੋ ਜਿਹੜੇ ਜਿਹੜੇ ਸਿਲੈਕਟ ਹੋਏ ਨੇ, ਕਿਉਂਕਿ ਪ੍ਰਿੰਸੀਪਲ ਪੋਸਟ ਵਾਸਤੇ ਸਿਲੈਕਟ ਹੋਏ ਨੇ, ਉਹਨਾਂ ਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ। ਧੰਨਵਾਦ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਦੇ ਲਈ। ਹੋਰ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ।